जालंधर के सांसद संतोख सिंह चौधरी जिन्हों का बीते कल भारत जोड़ो यात्रा जो कि वो फिलौर पहुँचे थे तो उत्थे देहांत हो गया सीगा हार्ट अटैक के कारण। तो अज उन्हों का अंतिम संस्कार किया जाना उन्होंने पिंड धालीवाल कादिया नैशनल एससी एसटी कमीशन के चेयरमैन विजय सांबला जी। सांबला सर की कहोगे जी जो अकस्मात जी डैथ हुई उन्होंने? देखो एक तो अचनचेत उन्होंने जाना जिथे कि पंजाब की राजनीति के बहुत व्डे स्थानांतर जो चौधरी संतोख जी साढ़े चले गए उत्थे एरिए हल्के का भी बहुत व्डा नुकसान होया और नाल जो असं कही कि दलित समाज का भी क्योंकि एक बहुत सिरमौर नेता से उन्हों का भी समाज तो इतों चले जाना समाज लिए बहुत व्डा नुकसान है और असं जिथे परिवार के नाल उन्हों की संवेदना व्यक्त कर लिए आए उत्थे परमात्मा के चरणों अरदास बेनती भी करते हैं कि उन्होंने परमात्मा अपने चरणों वास दे और पिछे परिवार को जो पूरी तरह इस जो पाने मन का बल बख्श। लंबा सियासी सफर तुहाडा वी ते उन्हां दा वी रहेगा कभी बहन का मुलाकात भी हुई होगी बैठने का भी मिले होगा साथ मिले होगा किस तरह सुभाव सी? बहुत वार असी मिले क्योंकि असी दोनों कट्ठे पार्लीमेंट से पार्लीमेंट सैशन भी बैठने का सानू सुभाग्य प्राप्त होया और अक्सर ट्रेन के भी साडा आना जाना लगा रहिंदा सी। सो सुभा दे तौर ते देखिए तो कभी मैं उन्होंने गुस्सा करते नहीं सी देखिए और चेहरे के उत्ते नूर जिहदा सीगा और चेहरे दे रंगत सी और कितने लगता ही नहीं सी कि वो इस तरह इन्नी छेती चले जाए। अक्सर अपने हल्के की गल्लां करदे होणे विकास दी गल्लां हुंदी होणी भी किसान विकास करदे नैचुरली कि पूरे असी तो दलित समाज दीआं भी गल्लां करदे सी हल्के दीआं भी गल्लां करदे सी कई बार असी इस कल्चर एक्सचेंज नूं लैके भी अक्सर जिहड़ियां गल्लां बातें चलदियां चलदियां रहिंदियां। ਕਿੰਨਾ ਸਮਝ ਦਿਓ ਕਿੰਨਾ ਕੁ ਨੁਕਸਾਨ ਜਿਹੜਾ ਕਿ ਉਹਨਾਂ ਦੇ ਪਰਿਵਾਰ ਨੂੰ ਨਾਲ ਨਾਲ ਹੋਰ ਵੀ ਇੱਥੋਂ ਤਾਂ ਇਹ ਨੇ ਨੈਸ਼ਨਲ ਐਸ ਸੀ ਐਸ ਟੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਜਿਹੜੇ ਕਿ ਸਾਂਸਦ ਸੰਤੋਖ ਸਿੰਘ ਚੌਧਰੀ ਦੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਅਤੇ ਉਹਨਾਂ ਵੱਲੋਂ ਇਹੀ ਆਖਿਆ ਜਾ ਰਿਹਾ ਵੀ ਬੜੇ ਹੀ ਵਧੀਆ ਸੁਭਾਅ ਦੇ ਜਿਹੜੇ ਕਿ ਉਹ ਸਨ ਸਾਂਸਦ ਸੰਤੋਖ ਸਿੰਘ ਚੌਧਰੀ ਕਿਉਂਕਿ ਲੰਬਾ ਸਿਆਸੀ ਕਰੀਅਰ ਸੀਗਾ ਉਹਨਾਂ ਦਾ ਵੀ ਅਤੇ ਨਾਲ ਉਹਨਾਂ ਦਾ ਕਾਫੀ ਵਾਰ ਬੈਠਣ ਦਾ ਵੀ ਮੁਲਾਕਾਤ ਕਰਨ ਦਾ ਵੀ ਕਾਫੀ ਮੌਕਾ ਮਿਲਿਆ ਸੀਗਾ ਤਾਂ ਜਦੋਂ ਵੀ ਉਹਨਾਂ ਨਾਲ ਬੈਠਦੇ ਸੀਗੇ ਤਾਂ ਉਹ ਬੜੇ ਹੀ ਸਹਿਜ ਸੁਭਾਅ ਦੇ ਜਿਹੜੇ ਕਿ ਗੱਲਬਾਤ ਉਹ ਕਰਦੇ ਵਿਖਾਈ ਦਿੰਦੇ ਸੀਗੇ। ਜਲੰਧਰ ਦੇ ਸਾਂਸਦ ਸੰਤੋਖ ਸਿੰਘ ਚੌਧਰੀ ਜਿਨ੍ਹਾਂ ਦਾ ਬੀਤੇ ਕੱਲ੍ਹ ਭਾਰਤ ਜੋੜੋ ਯਾਤਰਾ ਵਿੱਚ ਜਦੋਂ ਕਿ ਉਹ ਫਿਲੌਰ ਵਿੱਚ ਪਹੁੰਚੇ ਸੀਗੇ ਤਾਂ ਉੱਥੇ ਦੇਹਾਂਤ ਹੋ ਗਿਆ ਸੀਗਾ ਹਾਰਟ ਅਟੈਕ ਦੇ ਕਾਰਨ ਅਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਉਹਨਾਂ ਦੇ ਪਿੰਡ ਧਾਲੀਵਾਲ ਕਾਦੀਆਂ ਨੈਸ਼ਨਲ ਐਸੀ ਐਸਟੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਬਲਾ ਜੀ। ਸਾਂਬਲਾ ਸਰ ਕੀ ਕਹੋਗੇ ਜੀ ਜੋ ਅਕਸਮਾਤ ਜਿਹੜੀ ਡੈਥ ਹੋਈ ਉਹਨਾਂ ਦੀ? ਦੇਖੋ ਇੱਕ ਤਾਂ ਅਚਨਚੇਤ ਉਹਨਾਂ ਦਾ ਜਾਣਾ ਜਿੱਥੇ ਕਿ ਪੰਜਾਬ ਦੀ ਰਾਜਨੀਤੀ ਦੇ ਬਹੁਤ ਵੱਡੇ ਸਥਾਨਾਂਤਰ ਜਿਹੜੇ ਚੌਧਰੀ ਸੰਤੋਖ ਜੀ ਸਾਡੇ 'ਚ ਚਲੇ ਗਏ ਉੱਥੇ ਏਰੀਏ ਦਾ ਹਲਕੇ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਔਰ ਨਾਲ ਜੇ ਅਸੀਂ ਕਹੀਏ ਕਿ ਦਲਿਤ ਸਮਾਜ ਦਾ ਵੀ ਕਿਉਂਕਿ ਇੱਕ ਬਹੁਤ ਸਿਰਮੌਰ ਨੇਤਾ ਸੀ ਉਹਨਾਂ ਦਾ ਵੀ ਸਮਾਜ 'ਚੋਂ ਇੱਥੋਂ ਚਲੇ ਜਾਣਾ ਸਮਾਜ ਲਈ ਬਹੁਤ ਵੱਡਾ ਨੁਕਸਾਨ ਹੈ ਔਰ ਅਸੀਂ ਜਿੱਥੇ ਪਰਿਵਾਰ ਦੇ ਨਾਲ ਉਹਨਾਂ ਦੀ ਸੰਵੇਦਨਾ ਵਿਅਕਤ ਕਰਨ ਲਈ ਆਏ ਉੱਥੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਵੀ ਕਰਦੇ ਹਾਂ ਕਿ ਉਹਨਾਂ ਨੂੰ ਪਰਮਾਤਮਾ ਆਪਣੇ ਚਰਨਾਂ 'ਚ ਵਾਸ ਦੇਵੇ ਔਰ ਪਿੱਛੇ ਪਰਿਵਾਰ ਨੂੰ ਜਿਹੜਾ ਪੂਰੀ ਤਰ੍ਹਾਂ ਇਸ ਜਿਹੜਾ ਪਾਣੀ ਨੂੰ ਮੰਨਣ ਦਾ ਬਲ ਬਖਸ਼। ਲੰਬਾ ਸਿਆਸੀ ਸਫ਼ਰ ਤੁਹਾਡਾ ਵੀ ਅਤੇ ਉਹਨਾਂ ਦਾ ਵੀ ਰਿਹਾ ਹੋਏਗਾ ਕਦੀ ਬਹਿਣ ਦਾ ਮੁਲਾਕਾਤ ਵੀ ਹੋਈ ਹੋਏਗੀ ਬੈਠਣ ਦਾ ਵੀ ਮਿਲਿਆ ਹੋਏਗਾ ਸਾਥ ਮਿਲਿਆ ਹੋਏਗਾ ਕਿਸ ਤਰ੍ਹਾਂ ਸੁਭਾਅ ਸੀਗਾ? ਬਹੁਤ ਵਾਰ ਅਸੀਂ ਮਿਲੇ ਕਿਉਂਕਿ ਅਸੀਂ ਦੋਨੋਂ ਇਕੱਠੇ ਪਾਰਲੀਮੈਂਟ ਸੀ ਪਾਰਲੀਮੈਂਟ ਸੈਸ਼ਨ 'ਚ ਵੀ ਬੈਠਣ ਦਾ ਸਾਨੂੰ ਸੁਭਾਗਿਆ ਪ੍ਰਾਪਤ ਹੋਇਆ ਔਰ ਅਕਸਰ ਟ੍ਰੇਨ ਦੇ ਵਿੱਚ ਵੀ ਸਾਡਾ ਆਉਣਾ ਜਾਣਾ ਲੱਗਾ ਰਹਿੰਦਾ ਸੀ। ਸੋ ਸੁਭਾਅ ਦੇ ਤੌਰ 'ਤੇ ਦੇਖੀਏ ਤਾਂ ਕਦੀ ਮੈਂ ਉਹਨਾਂ ਨੂੰ ਗੁੱਸਾ ਕਰਦੇ ਨਹੀਂ ਸੀ ਦੇਖਿਆ ਔਰ ਚਿਹਰੇ ਦੇ ਉੱਤੇ ਨੂਰ ਜਿਹਦਾ ਸੀਗਾ ਔਰ ਚਿਹਰੇ ਦੇ ਰੰਗਤ ਸੀ ਔਰ ਕਿਤੇ ਲੱਗਦਾ ਹੀ ਨਹੀਂ ਸੀ ਕਿ ਉਹ ਇਸ ਤਰ੍ਹਾਂ ਇੰਨੀ ਛੇਤੀ ਚਲੇ ਜਾਏ। ਅਕਸਰ ਆਪਣੇ ਹਲਕੇ ਦੀ ਗੱਲਾਂ ਕਰਦੇ ਹੋਣੇ ਵਿਕਾਸ ਦੀਆਂ ਗੱਲਾਂ ਹੁੰਦੀਆਂ ਹੋਣੀ ਵਿਕਾਸ ਵਿਕਾਸ ਕਰਦੇ ਨੈਚੁਰਲੀ ਕਿ ਪੂਰੇ ਅਸੀਂ ਤਾਂ ਦਲਿਤ ਸਮਾਜ ਦੀਆਂ ਵੀ ਗੱਲਾਂ ਕਰਦੇ ਸੀ ਹਲਕੇ ਦੀਆਂ ਵੀ ਗੱਲਾਂ ਕਰਦੇ ਸੀ ਕਈ ਵਾਰ ਅਸੀਂ ਇਸ ਕਲਚਰ ਐਕਸਚੇਂਜ ਨੂੰ ਲੈ ਕੇ ਵੀ ਅਕਸਰ ਜਿਹੜੀਆਂ ਗੱਲਾਂ ਬਾਤਾਂ ਚੱਲਦੀਆਂ ਚੱਲਦੀਆਂ ਰਹਿੰਦੀਆਂ। ਕਿੰਨਾ ਸਮਝਦੇ ਹੋ ਕਿੰਨਾ ਕੁ ਨੁਕਸਾਨ ਜਿਹੜਾ ਕਿ ਉਹਨਾਂ ਦੇ ਪਰਿਵਾਰ ਨੂੰ ਨਾਲ ਨਾਲ ਹੋਰ ਵੀ ਇੱਥੋਂ ਤਾਂ ਇਹ ਨੇ ਨੈਸ਼ਨਲ ਐਸ ਸੀ ਐਸ ਟੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਜਿਹੜੇ ਕਿ ਸਾਂਸਦ ਸੰਤੋਖ ਸਿੰਘ ਚੌਧਰੀ ਦੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਅਤੇ ਉਹਨਾਂ ਵੱਲੋਂ ਇਹੀ ਆਖਿਆ ਜਾ ਰਿਹਾ ਬੜੇ ਹੀ ਵਧੀਆ ਸੁਭਾਅ ਦੇ ਜਿਹੜੇ ਕਿ ਉਹ ਸਨ ਸਾਂਸਦ ਸੰਤੋਖ ਸਿੰਘ ਚੌਧਰੀ ਕਿਉਂਕਿ ਲੰਬਾ ਸਿਆਸੀ ਕਰੀਅਰ ਸੀਗਾ ਉਹਨਾਂ ਦਾ ਵੀ ਅਤੇ ਨਾਲ ਉਹਨਾਂ ਦਾ ਕਾਫੀ ਵਾਰ ਬੈਠਣ ਦਾ ਵੀ ਮੁਲਾਕਾਤ ਕਰਨ ਦਾ ਵੀ ਕਾਫੀ ਮੌਕਾ ਮਿਲਿਆ ਸੀਗਾ ਤਾਂ ਜਦੋਂ ਵੀ ਉਹਨਾਂ ਨਾਲ ਬੈਠਦੇ ਸੀਗੇ ਤਾਂ ਉਹ ਬੜੇ ਹੀ
सहज सुभा के जोड़े कि गलबात वो करते दिखाई देंगे। कैमरा परसन विपिन शर्मा, सिकंदर पसरीचा, दैनिक सवेरा टीवी जलंधर।